For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਡਾਕਟਰ ਹਰਸ਼ਵਰਧਨ ਚੈਰੀਟੇਬਲ ਟਰਸਟ ਨੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਠਾਈ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 3 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਪਿਤਾ ਕਰਜ਼ੇ ਕਾਰਨ ਆਤਮ ਹੱਤਿਆ ਕਰ ਚੁੱਕੇ ਨੇ। ਬੀਤੇ ਐਤਵਾਰ ਟਰਸਟ ਨੇ 2,06,000 ਰੁਪਏ ਦੇ ਚੈੱਕ ਵੰਡੇ। ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਸਟ ਫਾਊਂਡੇਸ਼ਨ ਮੈਂਬਰ ਡਾਕਟਰ ਹਰਸ਼ਿੰਦਰ ਕੌਰ ਨੇ ਕਿਹਾ ਕਿ 2008 ਤੋਂ ਲੈ ਕੇ ਹੁਣ ਤੱਕ 362 ਗਰੀਬ ਲੜਕੀਆਂ ਦੀ ਸਿੱਖਿਆ ਦਾ ਖਰਚ ਹਰਸ਼ਵਰਧਨ ਚੈਰੀਟੇਬਲ ਟਰਸਟ ਵੱਲੋਂ ਉਠਾਇਆ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਲੜਕੀ ਗਰੀਬੀ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਦੀ ਤਾਂ ਉਹ ਟਰਸਟ ਨਾਲ ਸੰਪਰਕ ਕਰੇ, ਟਰਸਟ ਉਹਨਾਂ ਦੀ ਪੜ੍ਹਾਈ ਦਾ ਖਰਚ ਉਠਾਏਗਾ। ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਬੱਚਿਆਂ ਨੇ ਟਰਸਟ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ। ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ। ਅਸੀਂ ਸ਼ੁਰੂ ਕੀਤੀ ਸੀ ਸਨ 2008 ਤੋਂ ਅਸੀਂ ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਸ਼ੁਰੂ ਕੀਤੀ ਸੀ। ਦਰਅਸਲ ਸਾਡਾ ਕੰਮ ਸੀ ਮਾਦਾ ਭਰੂਣ ਹੱਤਿਆ ਨੂੰ ਰੋਕਣ ਦਾ, ਅਤੇ ਅਸੀਂ ਪਿੰਡ ਪਿੰਡ 'ਚ ਮੈਂ ਅਤੇ ਮੇਰੇ ਪਤੀ ਅਸੀਂ ਜਾ ਰਹੇ ਸਾਂ ਜਦੋਂ ਕੰਮ ਕਰਨੇ ਲਗਭਗ 21 ਸਾਲ ਪੁਰਾਣੀ ਗੱਲ ਹੈ। ਅਸੀਂ ਦੇਖਿਆ ਕਿ ਬਹੁਤ ਸਾਰੇ ਮਾਪੇ ਕਹਿ ਰਹੇ ਸਨ ਕਿ ਅਸੀਂ ਆਪਣੀਆਂ ਧੀਆਂ ਨੂੰ ਜੰਮਣਾ ਨਹੀਂ ਚਾਹੁੰਦੇ ਕਿਉਂਕਿ ਨਾ ਅਸੀਂ ਪੜ੍ਹਾਈ ਦਾ ਖਰਚਾ ਚੁੱਕ ਸਕਦੇ ਹਾਂ, ਨਾ ਅਸੀਂ ਇਹਨਾਂ ਦੇ ਵਿਆਹ ਕਰਾਉਣ ਜੋਗੇ ਹਾਂ। ਸੋ ਉਦੋਂ ਅਸੀਂ ਸਿਰਫ ਮਾਦਾ ਭਰੂਣ ਹੱਤਿਆ ਰੋਕਣ ਦੀ ਗੱਲ ਕਰਦੇ ਸਾਂ, ਪਰ ਫਿਰ ਸਾਨੂੰ ਜਾਪਿਆ ਕਿ ਜੇ ਅਸੀਂ ਇਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰ ਦਈਏ ਤਾਂ ਇਹ ਧੀਆਂ ਆਪ ਕਮਾਉਣ ਜੋਗੀਆਂ ਵੀ ਹੋਣਗੀਆਂ ਅਤੇ ਅੱਗੋਂ ਜਾ ਕੇ ਲੋਕਾਂ ਦੇ ਮਨਾਂ ਵਿੱਚੋਂ ਇਹ ਵਹਿਮ ਵੀ ਕੱਢਣਗੀਆਂ ਕਿ ਧੀਆਂ ਵੀ ਮਾੜੀਆਂ ਨਹੀਂ, ਸਗੋਂ ਮਾਂ ਪਿਓ ਦਾ ਨਾਂ ਰੌਸ਼ਨ ਕਰ ਸਕਦੀਆਂ ਨੇ। ਇਸੇ ਉਮੀਦ ਨਾਲ ਅਸੀਂ ਇਹ ਟਰੱਸਟ ਸ਼ੁਰੂ ਕੀਤੀ ਸੀ। ਬਹੁਤ ਧੰਨਵਾਦ ਕਰਦੀ ਹਾਂ ਮੈਂ NRI ਵੀਰਾਂ ਭੈਣਾਂ ਦਾ, ਕੈਨੇਡਾ ਤੋਂ, ਅਮੈਰੀਕਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਯੂਰਪ ਤੋਂ, ਜਿਨ੍ਹਾਂ ਨੇ ਇਸ ਟਰੱਸਟ ਵਿੱਚ ਹਿੱਸਾ ਪਾਇਆ, ਅਤੇ ਸਾਡੇ ਟਰੱਸਟ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਲਖਵੀਰ ਸਿੰਘ ਆ ਜੀ, ਮੈਂ ਗੁਰਦਾਸਪੁਰ ਤੋਂ, ਗੁਰਦਾਸ ਸਿੰਗਲ ਪਿੰਡ ਆ ਜੀ। ਮੈਂ ਇੱਕ ਐਡ ਪੜ੍ਹੀ ਅਤੇ ਉਸ ਪੜ੍ਹ ਕੇ ਐਡ 'ਤੇ ਇਹਨਾਂ ਨੇ ਮੈਨੂੰ ਪਤਾ ਲੱਗਾ ਵੀ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਕੋਈ ਪ੍ਰਬੰਧ ਹੋ ਰਿਹਾ ਹਰਸ਼ ਚੈਰੀਟੇਬਲ ਟਰੱਸਟ ਵੱਲੋਂ। ਅਸੀਂ ਫਿਰ ਕੁਛ ਬੱਚੀਆਂ ਨੂੰ ਲੈ ਕੇ ਇਹਨਾਂ ਦੇ ਕੋਲ ਆਏ ਅਤੇ ਇਹਨਾਂ ਨੇ ਸਾਡਾ ਬੜਾ ਮਤਲਬ ਮਾਣ ਕੀਤਾ ਬਹੁਤ, ਅਤੇ ਕਿਹਾ ਵੀ ਹੋਰ ਬੱਚੀਆਂ ਲਿਆਓ। ਉਹ ਬੱਚੀਆਂ ਅੱਜ ਕੱਲ੍ਹ ਸਾਡੇ ਕੋਲ 40 ਨੇ ਜਿਹੜੀਆਂ ਇਹਨਾਂ ਦੀ ਫੀਸ ਦੇ ਨਾਲ ਹੀ ਪੜ੍ਹ ਰਹੀਆਂ ਨੇ। ਗਰੀਬ ਬੱਚੀਆਂ ਨੇ ਬਾਰਡਰ ਦੇ ਲਾਗੇ ਹੈ, ਸਾਰਾ ਪਾਕਿਸਤਾਨ ਦੇ ਬਿਲਕੁਲ ਨਾਲ ਨਾਲ ਸੀਗਾ ਸਾਡਾ ਗੁਰਦਾਸਪੁਰ ਜਿਹੜਾ ਹੈ। ਕੋਈ ਐਸਾ ਕੇਸ ਹਿਸਟਰੀ ਜਿਹੜਾ ਬੱਚਾ ਪੜ੍ਹ ਕੇ ਅੱਜ ਵਧੀਆ ਜਗ੍ਹਾ 'ਤੇ ਕੰਮ ਵੀ ਕਰ ਰਿਹਾ ਹੋਵੇ ਬੱਚੇ? ਅਜੇ ਹੁਣ ਬੱਚੇ ਸਿਰਫ ਹੈ ਜਿਹੜੇ 10ਵੀਂ 'ਚੋਂ ਨਿਕਲ ਗਏ। ਮੈਂ ਡਾਕਟਰ ਹਰਸ਼ਿੰਦਰ ਕੌਰ ਕੋਲ ਆਪਣੇ ਸਕੂਲ ਦੀ ਫੀਸ ਲੈਣ ਆਈ ਹਾਂ। ਉਹ ਸਾਨੂੰ ਸਾਡੇ ਸਕੂਲ ਦਾ ਖਰਚਾ ਦਿੰਦੇ ਹਨ ਅਤੇ ਸਾਡੀ ਬਹੁਤ ਮਦਦ ਕਰਦੇ ਹਨ। ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ? ਮੈਂ 8th। ਪਿਛਲੇ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਹੋ ਕਿ ਕਿੰਨੀ ਜਿਹੜੀ ਫੀਸ ਜਿਹੜੀ ਹੈਗੀ ਤੁਹਾਡੀ ਦਿੱਤੀ ਜਾਂਦੀ ਹੈ? ਮੈਂ 4 ਸਾਲਾਂ ਤੋਂ ਆਉਂਦੀ ਹਾਂ, ਮੈਨੂੰ ਹਮੇਸ਼ਾ ਫੀਸ ਮਿਲਦੀ ਹੈ ਸਕੂਲ ਦੀ। ਤੁਸੀਂ ਰਿਪੋਰਟ ਕਰੀ ਜੀ ਬੇਟਾ ਬੋਲੋ। ਮੇਰਾ ਨਾਮ ਸ਼ਿਵਦੀਪ ਕੌਰ ਹੈ, ਮੈਂ ਗੁਰੂ ਟੇਬਲ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਤੋਂ ਆਈ ਹਾਂ। ਮੈਂ ਡਾਕਟਰ ਹਰਸ਼ਿੰਦਰ ਕੌਰ ਕੋਲੋਂ ਪਿਛਲੇ 4 ਸਾਲਾਂ ਤੋਂ ਆਪਣੀ ਸਕੂਲ ਦੀ ਫੀਸ ਲੈ ਰਹੇ ਹਨ। ਉਹ ਸਾਨੂੰ ਸਾਡੀ ਸਕੂਲ ਦੀ ਫੀਸ ਦੇ ਕੇ ਸਾਡੀ ਬਹੁਤ ਮਦਦ ਕਰ ਰਹੇ ਹਨ। ਮੈਂ ਵੀ ਵੱਡੀ ਹੋ ਕੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਅਤੇ ਉਹਨਾਂ ਵਰਗੀ ਬਣਨਾ ਚਾਹੁੰਦੀ ਹਾਂ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.